ਖਸੂਸੀਅਤ ਕੀ ਹੁੰਦੀ ਸੀ? ਉਹਦੀ ਖਸੂਸੀਅਤ ਇਹ ਸੀ ਵੀ ਯਾਰ ਦੇ ਰਜਾਈ ਚ ਵੀ ਸਿਗਨਲ ਆਉਂਦੇ, ਤਾਂ ਜੇ ਉਤੋਂ ਦੀ ਮੋਟਰਸਾਈਕਲ ਦਾ ਟਾਇਰ ਵੀ ਲੰਘ ਜਾਏ ਤਾਂ ਫੇਰ ਵੀ ਟੁੱਟਦਾ ਨੀ। 15 ਸਾਲ ਗੁਜ਼ਰ ਗਏ, ਅੱਜ ਤੁਹਾਨੂੰ ਕਿਸੇ ਬੰਦੇ ਦੇ ਹੱਥ ਚ ਨੋਕੀਆ ਦਾ ਮੋਬਾਈਲ ਨਜ਼ਰ ਆਉਂਦਾ? ਕੋਈ ਕੰਮ ਚੀਜ਼ ਫਾਰਮਰ ਲਾਉਂਦਾ, ਕੋਈ ਕਾਰੋਬਾਰ ਕਰਦਾ, ਸਭ ਤੋਂ ਪਹਿਲਾਂ ਉਹਨੇ ਦੇਖਦਾ ਹੈਗਾ ਕਿ ਮਾਰਕੀਟ ਕਿੱਥੇ ਹੈ, ਕਿਵੇਂ ਵੇਚਣੀ ਕਿੱਥੇ ਹੈਗੀ, ਜਿਹੜੀ ਇਹਦੀ ਮਾਰਕੀਟ ਆ ਨਾ ਇਹੀ ਚੀਜ਼ ਡਿਸਾਈਡ ਕਰਦੀ ਕਿ ਉਹਦਾ ਰੇਟ ਕਿੰਨਾ ਲੱਗਾ। ਤੁਸੀਂ ਆਪਣੇ ਤੁਹਾਡੇ ਪਿੰਡ ਦੀ ਮਾਰਕੀਟ ਤੁਹਾਡੇ ਪਿੰਡ ਦੇ ਦੱਸ ਪਹਿਲਾਂ, ਤੁਸੀਂ ਸਮਝ ਲਓ ਇਹ ਪੂਰਾ ਪਾਕਿਸਤਾਨ, ਖਰੀਦਦਾਰ ਵੀ ਇਹਦੇ ਵਿੱਚ ਨੇ ਔਰ ਵੇਚਣ ਵਾਲੇ ਵੀ ਇਸੇ ਪਿੰਡ ਦੇ ਵਿੱਚ, ਠੀਕ ਹੈ। ਮਾਰਕੀਟ ਦੇ ਵਿੱਚ ਖਰੀਦਣ ਵਾਲਿਆਂ ਦਾ ਤਾਂ ਵੇਚਣ ਵਾਲੇ ਦਾ ਬੈਲੈਂਸ ਹੋਣਾ ਚਾਹੀਦਾ, ਤੇ ਰੇਟ ਅੱਛਾ ਹੋਏਗਾ। ਇਹ ਬੈਲੈਂਸ ਖਰਾਬ ਹੋ ਗਿਆ ਨਾ ਤੇ ਰੇਟ ਖਰਾਬ ਹੋ ਜਾਏ। ਹੁਣ ਟੋਟਲ 100 ਬੰਦਾ ਫਰਜ ਕਰੋ ਤੁਹਾਡੇ ਪਿੰਡ ਚ, 100 ਚੋਂ 95 ਤੇ ਲਾਉਂਦੇ ਗਾਜਰ, ਇਹਦਾ ਮਤਲਬ ਵੇਚਣ ਵਾਲੇ 95 ਹੋ ਗਏ ਤੇ ਖਰੀਦਣ ਵਾਲੇ ਪਿੱਛੇ 5 ਰਹਿ ਗਏ। ਇਹ ਸਿਨੈਰੀਓ ਪੂਰੇ ਫੈਸਲਾਬਾਦ ਦਾ। ਅੱਛਾ ਫਾਰਮਰ ਉਹ ਆ ਜਿਹੜਾ ਟਾਈਮ ਦੇ ਨਾਲ ਨਾਲ ਨਾ ਆਪਣਾ ਜਿਹੜਾ ਉਹਦੀ ਕ੍ਰੋਪਿੰਗ ਸਕੀਮ ਆ ਕਿ ਇੱਕ ਸਾਲ ਦੇ ਵਿੱਚ ਇਸ ਏਰੀਏ ਤੇ ਕਿੰਨੀਆਂ ਫਸਲਾਂ ਲਾਉਣੀਆਂ ਔਰ ਕਿਹੜੀਆਂ ਕਿਹੜੀਆਂ ਲਾਉਣੀਆਂ, ਕਿੱਦਾਂ ਲਾਉਣੀਆਂ, ਇਹਦਾ ਨਾਲ ਕ੍ਰੋਪਿੰਗ ਸਕੀਮ ਆ। ਅੱਛਾ ਫਾਰਮਰ ਉਹ ਆ ਜਿਹੜਾ ਆਪਣਾ ਕ੍ਰੋਪਿੰਗ ਸਕੀਮ ਨੂੰ ਨਾ ਟਾਈਮ ਦੇ ਨਾਲ ਨਾਲ ਚੇਂਜ ਕਰ ਲੈਂਦਾ। ਉਹਦੀ ਮੈਂ ਮਿਸਾਲ ਤੁਹਾਨੂੰ ਆਪਣੀ ਸਾਡਾ ਜੀਵਨ ਦਿੱਤਾ ਹੈਗਾ, ਅੱਜ ਤੋਂ ਅਗਰ 10 ਸਾਲ 12 ਸਾਲ 15 ਸਾਲ ਪਿੱਛੇ ਚਲੇ ਜਾਓ ਨਾ ਤੇ ਨੋਕੀਆ ਦਾ ਮੋਬਾਈਲ ਹੁੰਦਾ ਸੀ ਬਟਨ ਵਾਲਾ। ਉਹਦੀ ਖਸੂਸੀਅਤ ਕੀ ਹੁੰਦੀ ਸੀ? ਉਹਦੀ ਖਸੂਸੀਅਤ ਇਹ ਸੀ ਵੀ ਯਾਰ ਦੇ ਰਜਾਈ ਚ ਵੀ ਸਿਗਨਲ ਆਉਂਦੇ, ਤਾਂ ਜੇ ਉਤੋਂ ਦੀ ਮੋਟਰਸਾਈਕਲ ਦਾ ਟਾਇਰ ਵੀ ਲੰਘ ਜਾਏ ਤਾਂ ਫੇਰ ਵੀ ਟੁੱਟਦਾ ਨੀ। 15 ਸਾਲ ਗੁਜ਼ਰ ਗਏ, ਅੱਜ ਤੁਹਾਨੂੰ ਕਿਸੇ ਬੰਦੇ ਦੇ ਹੱਥ ਚ ਨੋਕੀਆ ਦਾ ਮੋਬਾਈਲ ਨਜ਼ਰ ਆਉਂਦਾ? ਚੀਜ਼ ਤੇ ਅੱਛੀ ਸੀ ਲੇਕਿਨ ਉਹ ਕਿਉਂ ਨੀ ਨਜ਼ਰ ਆਉਂਦਾ? ਉਹ ਨਜ਼ਰ ਇਸ ਵਾਸਤੇ ਨੀ ਆਉਂਦਾ ਕਿ ਉਸ ਕੰਪਨੀ ਦਾ ਜਿਹੜਾ ਹੈੱਡ ਸੀ ਨਾ, ਉਹਨੇ ਇੰਟਰਵਿਊ ਦੇ ਵਿੱਚ ਗੱਲ ਕਹੀ, ਉਹਨੇ ਕਿਹਾ ਕਿ ਮੇਰੀ ਪ੍ਰੋਡਕਟ ਅੱਛੀ ਸੀ ਲੇਕਿਨ ਮੈਂ ਬਦਲਦੇ ਹੋਏ ਵਕਤ ਦੇ ਨਾਲ ਨਾ ਆਪਣੀ ਪ੍ਰੋਡਕਟ ਨੂੰ ਮੈਂ ਤਬਦੀਲ ਨਹੀਂ ਕੀਤਾ, ਇਸ ਵਾਸਤੇ ਮੇਰੀ ਪ੍ਰੋਡਕਟ ਆਹਿਸਤਾ ਆਹਿਸਤਾ ਮਾਰਕੀਟ ਚੋਂ ਖਤਮ ਹੋ ਗਈ। ਆਹ ਸੈਮਸੰਗ ਹੋ ਗਿਆ ਜਾਂ ਐਪਲ ਆ, ਕਿਸੇ ਨੇ ਨਾਮ ਸੁਣਿਆ ਸੀ 15 ਸਾਲ ਪਹਿਲੇ? ਹੁਣ ਬੰਦੇ ਕਹਿੰਦੇ ਮੋਬਾਈਲ ਜਾਂ ਸੈਮਸੰਗ ਦਾ ਲੈਣਾ ਜਾਂ ਐਪਲ ਦਾ ਲੈਣਾ। ਆਪਣਾ ਦੁਨੀਆਂ ਦਾ ਸਭ ਤੋਂ ਕਾਮਯਾਬ ਤਰੀਨ ਪੇਸ਼ਾ ਹੈ ਐਗਰੀਕਲਚਰ, ਔਰ ਦੁਨੀਆਂ ਦਾ ਸਭ ਤੋਂ ਨਾਕਾਮਯਾਬ ਤਰੀਨ ਪੇਸ਼ਾ ਵੀ ਐਗਰੀਕਲਚਰ ਹੀ ਹੈ। ਦੋਨਾਂ 'ਚ ਫਰਕ ਇਹ ਹੈ ਕਿ ਅਗਰ ਤੁਸੀਂ ਸਾਇੰਸੀ ਬੁਨਿਆਦਾਂ ਤੇ ਕਰੋਗੇ ਤੇ ਕਾਮਯਾਬ ਆ, ਅਗਰ ਦੇਸੀ ਤਰੀਕੇ ਨਾਲ ਕਰੋਗੇ ਤੇ ਫੇਲ ਆ। ਇਸ ਵਾਸਤੇ ਮੈਂ ਭਾਈ ਨੂੰ ਦੱਸ ਕਿਹਾ ਕਿ ਮੈਂ ਪਾਕਿਸਤਾਨ ਪੂਰਾ ਫਿਰਦਾ ਹਾਂ, ਮੈਂ ਇੱਦਾਂ ਦੇ ਬੰਦੇ ਨੂੰ ਵੀ ਮਿਲਿਆ ਹੈਗਾ ਜਿਹੜੇ ਕਿੱਲੇ 'ਚੋਂ 45-45 ਲੱਖ ਰੁਪਇਆ ਪ੍ਰੋਫਿਟ ਕਮਾਉਂਦੇ ਨੇ, ਠੀਕ ਆ, ਔਰ ਉਹਨਾਂ ਕੋਲ 2-2 ਕਿੱਲੇ ਜ਼ਮੀਨ ਆ। ਇੱਦਾਂ ਦੇ ਨੂੰ ਵੀ ਮਿਲਿਆ ਜਿਹਨਾਂ ਕੋਲ 2-2 ਮਰੱਬੇ ਆ ਤੇ ਉਹ ਸੀਜ਼ਨ ਬਾਅਦ ਪੱਲੇ ਵੀ ਪਾਉਂਦੇ। ਆਪਣੇ ਫਾਰਮ ਦਾ ਨਾ ਰਿਕਾਰਡ ਜ਼ਰੂਰ ਰੱਖਿਆ ਕਰੋ, ਤੁਹਾਡੇ ਕੋਲ ਰਜਿਸਟਰ ਹੋਣਾ ਚਾਹੀਦਾ ਕਿ ਮੋਟਾ ਤੁਸੀਂ ਕਿਹੜੀ ਚੀਜ਼ ਕਿਸ ਤਰੀਕ ਨੂੰ ਲਾਈ ਆ, ਕਿੰਨੀ ਲਾਈ ਆ, ਖਾਦ ਕਿੰਨੀ ਪਾਈ ਆ, ਪਾਣੀ ਕਿੰਨੇ ਲਾਏ ਆ, ਕਿੰਨੀ ਨਿਕਲੀ ਆ, ਰੇਟ ਕਿੰਨਾ ਸੀ, ਵਧੇ ਘਟੇ ਕਿੰਨੇ ਆ, ਉਹ ਤੁਹਾਡੇ ਕੋਲ ਲਿਖਿਆ ਹੋਣਾ ਚਾਹੀਦਾ। ਇਹ ਜਿਹੜਾ ਰਿਕਾਰਡ ਆ ਨਾ ਤੁਸੀਂ 6 ਮਹੀਨੇ ਬਾਅਦ ਤੁਹਾਨੂੰ ਭੁੱਲ ਜਾਏਗਾ, ਅਗਰ ਲਿਖਿਆ ਹੋਏਗਾ ਸਾਰੀ ਉਮਰ ਨਹੀਂ ਭੁੱਲੇਗਾ। ਇਹੀ ਫਸਲ ਜਦੋਂ ਤੁਸੀਂ ਅਗਲੇ ਸਾਲ ਲਾਣੀ ਹੈ ਨਾ, ਪਿਛਲੇ ਸਾਲ ਵਾਲਾ ਰਿਕਾਰਡ ਤੁਹਾਨੂੰ ਦੱਸ ਦੇਗਾ ਵੀ ਏਰੀਆ ਵਧਾਉਣਾ ਵੀ ਘਟਾਉਣਾ। ਅਗਰ 10 ਤਰੀਕ ਨੂੰ ਲਾਈ ਸੀ ਤੁਹਾਨੂੰ ਜ਼ਿਆਦਾ ਆਸਾਨੀ ਹੋਏਗੀ ਇਹ ਫੈਸਲਾ ਕਰਨ ਚ, ਐਂਕੀ ਵੀ 10 ਨੂੰ ਲਾਉਣੀ ਹੈ ਜਾਂ 5 ਦਿਨ ਪਹਿਲਾਂ ਲਾਉਣੀ ਜਾਂ 5 ਦਿਨ ਲੇਟ ਲਾਉਣੀ। ਆਪਣੇ ਫਾਰਮ ਦਾ ਰਿਕਾਰਡ ਜ਼ਰੂਰ ਰੱਖੋ, ਔਰ ਦੂਸਰਾ ਚੀਜ਼ਾਂ ਨੂੰ ਬਦਲੋ, ਚੀਜ਼ਾਂ ਬਦਲ ਬਦਲ ਕੇ ਲਗਾਓ। ਤਕਰੀਬਨ 250-300 ਸਪੀਸੀਜ਼ ਏਦਾਂ ਦੀਆਂ ਨੇ ਜਿਹੜੀਆਂ ਅਸੀਂ ਲਾ ਸਕਦੇ ਹਾਂ ਔਰ ਖਾ ਸਕਦੇ ਹਾਂ।
ਲੇਕਿਨ ਪਾਕਿਸਤਾਨ ਚ ਸਿਰਫ ਚੰਦ ਇੱਕ 10 ਤੋਂ 12 ਲੱਗਦੀਆਂ। ਠੀਕ ਆ, ਇਹ ਸਬਜ਼ੀਆਂ ਵਾਲਾ ਜਿਹੜਾ ਨਾ, ਇਹ ਢੰਗ ਰੋਡ ਵਾਲੇ ਜਿਹੜੇ ਪਿੰਡ ਨੇ, ਇਹੀ ਥੋੜਾ ਬਹੁਤ ਸਬਜ਼ੀਆਂ ਵੱਲੋਂ ਰੁਝਾਨ ਹੈਗਾ। ਮੈਂ ਇੱਧਰ ਆਪਣੇ ਏਰੀਏ ਨੂੰ ਚਲੇ ਜਾਵਾਂ ਨਾ, 111 GB ਢੋਲਣ ਵਾਲਾ ਮੇਰਾ ਪਿੰਡ ਆ, ਸ਼ਾਇਦ ਨਾ ਸੁਣਿਆ ਹੋਵੇ ਫੁੱਟਬਾਲ ਦੇ ਮੁੰਡੇ ਸਾਡੇ ਬੜੇ ਖੇਲਣ ਆਉਂਦੇ, ਤੇ ਉਹ ਸਾਡੇ ਵੱਲ ਚਲੇ ਜਾਓ, ਉਹ ਬੰਦੇ ਨੂੰ ਪਤਾ ਹੀ ਨਹੀਂ ਆ। ਉਹ ਕਣਕ ਵੀ ਦਿੰਦੇ ਆ ਜਾਂ ਕਬਾੜ ਲਾਉਂਦੇ ਆ ਜਾਂ ਕੋਈ ਚੌਲ ਲਾਉਂਦਾ। ਠੀਕ ਆ, ਇੱਕ ਸਾਲ ਦੇ ਵਿੱਚ ਇੱਕ ਬੰਦਾ 3 ਫਸਲਾਂ ਲੈਂਦਾ, ਇੱਕ 4 ਲੈਂਦਾ, ਇੱਕ ਬੰਦਾ 1 ਲੈਂਦਾ, ਫਰਕ ਹੈ ਨਾ ਉਹਨਾਂ ਚ। ਅਗਰ ਤੁਸੀਂ 4 ਫਸਲਾਂ ਲੈਂਦੇ ਹੋ ਨਾ, ਤੁਹਾਡੀ ਕਿੰਨੀ ਕੁ ਬੈਡ ਲੱਕ ਹੋਏਗੀ, ਇੰਨਾ ਦਾ ਰੇਟ ਲੱਗੇਗਾ। ਜੇ ਤੁਹਾਨੂੰ 1 ਦਾ ਵੀ ਰੇਟ ਲੱਗਾ, ਉਹਨੇ ਤੁਹਾਡਾ ਸਾਰਾ ਖਰਚਾ ਕੱਢ ਲੈਣਾ। ਹੁਣ ਫਰਵਰੀ ਦੇ ਰੇਟ ਤੇ ਬੰਦਿਆਂ ਨੇ ਭਿੰਡੀ ਬੀਜੀ, ਫਰਵਰੀ ਦੇ ਰੇਟ ਤੇ, ਤੇ ਬੰਦਿਆਂ ਦੀ ਭਿੰਡੀ ਹਜੇ ਵੀ ਚੱਲ ਰਹੀ ਹੈ, ਹੁਣ ਖਤਮ ਹੋਣੀ ਸ਼ੁਰੂ ਹੋਈ।